सत श्री अकाल, तुसीं देख रहे हो एबीपी सांझा। फ्रंट फुट दे विच तुहाडा स्वागत है। मैं हाँ हरपिंदर सिंह। चंडीगढ़ दे विच केंद्रीय सर्विस रूल लागू करन दे फैसले तो बाद सियासत गरमाउंदी जा रही है। पंजाब सरकार दे वल्लों एक दिन दे लई विशेष विधानसभा दा इजलास सदन दा फैसला किया गया। इस विशेष इजलास दे दौरान केंद्र सरकार दे फैसले विरुद्ध विधानसभा दे विच निंदिया प्रस्ताव पेश किया जाएगा। केंद्र सरकार नाल लड़ाई लड़न दे लई पंजाब च आम आदमी पार्टी ने तैयारी कर ली है। भगवंत मान दी अगुवाई वाली पंजाब सरकार ने पंजाब विधानसभा दा विशेष सैशन सद्या है। इस सैशन एक दिन दा होवेगा। सैशन च मान सरकार चंडीगढ़ दे कर्मचारियों ते केंद्रीय सर्विस रूल लागू करन दे खिलाफ प्रस्ताव लियाएगी, जिस दे जरिए केंद्र दे नोटिफिकेशन नूं रद्द कीता जावेगा। केंद्र सरकार ने करीब 22,000 कर्मचारियों नूं सेंट्रल सर्विस रूल दे अधीन लै लिया। गृह मंत्री अमित शाह ने चंडीगढ़ पहुंच के कर्मचारियों के लिए केंद्रीय सर्विस रूल लागू करने का ऐलान किया सी। 30 मार्च नूं केंद्र वल्लों नोटिफिकेशन भी जारी कर दिता गया। हुण तक चंडीगढ़ के मुलाजमान ते पंजाब सिविल सर्विस रूल लागू हुंदा आ रहा है। केंद्र का फैसला नवे वित्तीय वरे 1 अप्रैल तो लागू हो जाएगा। पंजाब दे मुख्यमंत्री भगवंत मान फैसले दा पहला ही विरोध कर चुके ने। मान ने कहा सी कि केंद्र सरकार पड़ावार होरना राज्यां ते सेवावां दे अधिकारियां ते अमले नूं चंडीगढ़ प्रशासन ते थोप रही है। मान ने पंजाब चंडीगढ़ ते अपने जायज हक दी लड़ाई नूं मजबूती नाल लड़न दा दावा भी कीता सी। विधानसभा दा विशेष सैशन बुलाना सरकार दा केंद्र दे फैसले खिलाफ पहला कदम मन्निया जा सकदा है। ਕੱਲ ਪੰਜਾਬ ਸੱਤਰ ਜਿਹੜਾ ਫੈਡਰਲ ਢਾਂਚੇ ਨਾਲ ਲਗਾਤਾਰ ਸੈਂਟਰ ਸਰਕਾਰ ਵੱਲੋਂ ਛੇੜਛਾੜ ਹੁੰਦੀ ਪਈ ਹੈ। ਚੰਡੀਗੜ੍ਹ ਦਾ ਮਸਲਾ ਤਾਂ ਪਹਿਲਾਂ ਤੁਹਾਨੂੰ ਪਤਾ ਕਿੰਨੇ ਚਿਰ ਦਾ ਚੱਲਿਆ ਆ ਰਿਹਾ ਜਾਂਦਾ ਹੋਇਆ, ਤੇ ਇਹਨਾਂ ਨੂੰ ਕੀ ਬੈਠੇ ਬਿਠਾਇਆ, ਮੈਨੂੰ ਇਹਨਾਂ ਦੀ ਸੋਚ ਵਿੱਚ ਕੀ ਹੈਗਾ ਸਾਨੂੰ ਸਮਝ ਨਹੀਂ ਆਇਆ। ਵੀ ਤੁਹਾਨੂੰ ਤਾਂ ਇਹਨੂੰ ਮਜ਼ਬੂਤ ਕਰਨ ਨੂੰ ਆਪਾਂ ਕਿਉਂ ਇੱਦਾਂ ਦੇ ਕੁਐਸਚਨ ਅੱਗੇ ਰੱਖਦੇ ਹਾਂ ਲਿਆ ਕੇ ਵੀ ਅਸੀਂ BBMB ਦਾ ਮੁੱਦਾ ਹੈ ਇਹਨਾਂ ਨੂੰ ਕੱਲ੍ਹ ਇਹਨਾਂ ਨੂੰ ਕੀ ਛੋਟ ਮੈਨੂੰ ਸੋਚਣ ਦੀ ਇਹ ਪੁੱਛਣ ਦੀ ਜ਼ਰੂਰਤ ਹੈ ਵੀ ਇਹਨਾਂ ਨੂੰ ਕੀ ਇਸ ਮੌਕੇ ਦੇ ਉੱਤੇ ਲੋੜ ਆ ਵੀ ਹਾਲ ਤੱਕ ਤਾਂ ਪੰਜਾਬ 'ਚ ਆਮ ਆਦਮੀ ਸਰਕਾਰ ਬਣਾਈ ਹੈ ਲੋਕਾਂ ਨੇ, ਇਸ ਕਰਕੇ ਲੋਕਾਂ ਨੇ ਐਡਾ ਵੱਡਾ ਜਨਮਤ ਦਿੱਤਾ ਇਸ ਕਰਕੇ। ਸੋ ਇਹ ਕੁਐਸਚਨ ਇਹਨਾਂ ਦੇ ਅੱਗੇ ਹੈ। ਪੰਜਾਬ ਵਿਧਾਨ ਸਭਾ ਔਰ ਸਾਰੇ ਮੰਤਰੀ ਮੰਡਲ ਸਾਰੇ ਕੈਬਨਿਟ ਨੇ ਮਾਨਯੋਗ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਲਿਆ ਕਿ ਡਟ ਕੇ ਕੱਲ੍ਹ ਵਿਧਾਨ ਸਭਾ 'ਚ ਇਹਦੀ ਗੱਲ ਹੋਏਗੀ ਔਰ ਸੈਂਟਰ ਸਰਕਾਰ ਦਾ ਵਿਰੋਧ ਕੀਤਾ ਜਾਏਗਾ। आम आदमी पार्टी के विधायक गोल्डी कंबोज ने तो केंद्र के फैसले खिलाफ सारिया पार्टिया नूं एकजुट होने की अपील की है। पंजाब नाल वितकरा हो रहा, ठीक नहीं हो रहा। सेंटर गवर्नमेंट जिहड़े डेमोक्रेसी खत्म करना चाहती है, पंजाब आपका हक लैण लई पूरी तरह पूरी सरकार तैयार है और पंजाब के सारिया पार्टियां मैं कहना इस मुद्दे से इकट्ठे होना चाहिए और ਅਦਾ ਹਾਫਜ਼ ਕਰਨ ਲਈ ਜੋ ਕੋਸ਼ਿਸ਼ ਕਰਨੀ ਪਊਗੀ, ਚਾਹੇ ਉਹ ਸੱਤਰ ਬਲਾਈਏ ਚਾਹੇ ਕੋਈ ਹੋਰ ਵੀ ਜਿਸ ਤਰ੍ਹਾਂ ਦੀ ਲੜਾਈ ਲੜਨੀ ਪਊ ਅਸੀਂ ਪੂਰੀ ਤਰ੍ਹਾਂ ਤਿਆਰ। ਚੰਡੀਗੜ੍ਹ ਦਾ ਮਸਲਾ ਬਹੁਤ ਗੰਭੀਰ ਹੈ ਔਰ ਇਹ ਸਮੱਸਿਆ ਇਹ ਹੈ ਕਿ ਪੁਰਾਣੀਆਂ ਸਰਕਾਰਾਂ ਨੇ ਇਹਨੂੰ ਬਿਲਕੁਲ ਡ੍ਰਿਫਟ ਹੋਣ ਦਿੱਤਾ, ਉਹਨਾਂ ਨੇ ਬਿਲਕੁਲ ਇਸ ਗੱਲ 'ਤੇ ਧਿਆਨ ਨਹੀਂ ਦਿੱਤਾ ਕਿਉਂਕਿ ਜੋ ਮੁਲਾਜ਼ਮ ਮੰਗਦੇ ਰਹੇ ਨੇ ਇਹ ਦਿੰਦੇ, ਭਾਖੜਾ ਮੈਨੇਜਮੈਂਟ ਬੋਰਡ ਦਾ ਵੀ ਸਮੱਸਿਆ, ਇੰਜੀਨੀਅਰਸ ਨਹੀਂ ਦਿੰਦੇ ਰਹੇ, ਟਾਈਮ ਸਿਰ ਨਹੀਂ ਦਿੰਦੇ ਰਹੇ, ਦੁਬਾਰਾ ਦੁਬਾਰਾ ਰਿਮਾਇੰਡ ਕਰਾਉਣਾ ਪੈਂਦਾ ਸੀਗਾ। ਸੋ ਜਦੋਂ ਇਸ ਤਰ੍ਹਾਂ ਵੈਕੈਂਸੀਆਂ ਖਾਲੀ ਰਹਿਣਗੀਆਂ ਤਾਂ ਫਿਰ ਕੁਦਰਤੀ ਗੱਲ ਹੈ ਕਿ ਜਿਹੜੀ ਸਰਕਾਰ ਹੈ ਉਹ ਆਪਣੇ ਆਪ ਹਾਵੀ ਹੋ ਜਾਂਦੀ ਹੈ। ਤੁਸੀਂ ਆਪਣੇ ਹੱਕ ਨਾ ਜਤਾਓ ਤੇ ਫਿਰ ਅਗਲਾ ਤੁਹਾਡਾ ਹੱਕ ਖੋ ਲੈਂਦਾ ਹੈ, ਸਾਡੇ ਹੀ ਹੋਇਆ, ਸਾਡੀਆਂ ਸਰਕਾਰਾਂ ਹੱਕ ਨਹੀਂ ਜਤਾਉਂਦੇ ਨਹੀਂ ਆ। ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਵੀ ਕੇਂਦਰ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ ਹੈ। ਪ੍ਰਗਟ ਸਿੰਘ ਨੇ ਇਕਜੁੱਟ ਹੋਣ ਦਾ ਦਮ ਭਰਿਆ। ਅਮਿਤ ਸ਼ਾਹ ਜੀ ਹੋਮ ਮਿਨਿਸਟਰ ਆਫ ਇੰਡੀਆ ਇੱਥੇ ਅਨਾਉਂਸ ਕਰਕੇ ਗਏ ਆ, ਮੈਨੂੰ ਲੱਗਦਾ ਕਿ ਕਿਉਂਕਿ ਬੜਾ ਕਲੀਅਰ ਕੱਟ ਸੀ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਆ, ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀ ਔਰ ਈਵਨ ਟਾਈਮ ਟਾਈਮ 'ਤੇ ਇਹਦੇ ਵਿੱਚ 60-40 ਦੀ ਰੇਸ਼ੋ ਨਾਲ ਜਿਹੜੇ ਸਟਾਫ ਹੋਣਾ ਚਾਹੀਦਾ ਸੀ ਉਹਦੇ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ। ਮੈਨੂੰ ਲੱਗਦਾ ਕਿ ਸਾਨੂੰ ਪਹਿਲਾਂ ਵੀ ਇਹਦਾ ਨੁਕਸਾਨ ਹੋਇਆ ਲੇਕਿਨ ਹੁਣ ਜਿਹੜਾ ਆ ਇਹ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਕਰਨ ਜਾ ਰਹੇ ਔਰ ਮੈਨੂੰ ਲੱਗਦਾ ਕਿ ਪੰਜਾਬ ਨੂੰ ਇਸ ਗੱਲ ਲਈ ਟੋਲਰੇਟ ਨਹੀਂ ਕਰਨਾ ਚਾਹੀਦਾ ਔਰ ਇਹ ਜਿਹੜਾ ਸਪੈਸ਼ਲ ਸੈਸ਼ਨ ਆ ਜੇ ਇਸ ਕੰਮ ਲਈ ਜੇ ਬੁਲਾਇਆ ਹੈਗਾ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਪੰਜਾਬ ਲਈ ਫਾਈਟ ਕਰਨਾ ਚਾਹੀਦਾ। ਇੱਕ ਪਾਸੇ ਪੰਜਾਬ ਸਰਕਾਰ ਨੇ ਵਿਸ਼ੇਸ਼ ਸੈਸ਼ਨ ਕੇਂਦਰ ਖਿਲਾਫ ਸੱਦਿਆ, ਦੂਜੇ ਪਾਸੇ ਬੀਜੇਪੀ ਨੇ ਆਮ ਆਦਮੀ ਪਾਰਟੀ ਤੇ ਕੇਂਦਰ ਖਿਲਾਫ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਫੈਸਲੇ ਵਿਰੁੱਧ ਕਾਰਵਾਈ ਪਿਛਲੀ ਕਾਂਗਰਸ ਸਰਕਾਰ ਵੱਲੋਂ ਵੀ ਕੀਤੀ ਗਈ ਸੀ। ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਵੀ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ। ਇਹ ਇਜਲਾਸ ਨਵੰਬਰ 2021 'ਚ ਬੁਲਾਇਆ ਗਿਆ ਸੀ। ਪੰਜਾਬ 'ਚ ਕਾਂਗਰਸ ਵੀ ਕੇਂਦਰ ਦੇ ਫੈਸਲੇ ਦਾ ਵਿਰੋਧ ਕਰ ਚੁੱਕੀ ਹੈ। BSF ਦੇ ਮੁੱਦੇ ਤੇ ਕਾਂਗਰਸ ਨੇ ਵਿਸ਼ੇਸ਼ ਇਜਲਾਸ ਸੱਦਿਆ ਸੀ।
केंद्र ने BSF का घेरा 15 तो वधा के 50 किलोमीटर करन दा फैसला कीता सी। फैसले तो बाद चरणजीत चन्नी ने ऑल पार्टी मीटिंग सदी सी ते विधानसभा दा सेशन बुला के केंद्र दे नोटिफिकेशन नू रद्द कीता सी। हालांकि नोटिफिकेशन रद्द करन नाल कोई बहुता वड्डा फर्क नहीं पिया सी। BSF वधे अधिकार खेतर दे हिसाब नाल ही काम कर रही है। पंजाब च आम आदमी पार्टी दी नवी सरकार बनी है। केंद्र सरकार दे विरुद्ध ए पहली लड़ाई है जो आपने लड़न दा फैसला लिया। इस दे नतीजे की निकलदे ने इस दा सबनु इंतजार है। फ्रंट फुट दे विच रुकदे इक छोटी जिही ब्रेक दे लई। ब्रेक तो पार पेट्रोल अते डीजल दीआं कीमतां दे विच होर किन्ना होया वाधा। देश भर दे विच महंगाई दी मार लगातार वधदी जा रही है। पिछले 10 दिनां दे अंदर 9 वार अजिहे मौके आ चुके ने जदों पेट्रोल अते डीजल दीआं कीमतां दे विच वाधा होया होवे। लगातार वध रही महंगाई तों बाद कांग्रेस दे वल्लों वी मोदी सरकार खिलाफ हल्ला बोलिया गया। दिल्ली तों लै के पंजाब तक मोदी सरकार दे विरुद्ध कांग्रेस दे वल्लों प्रदर्शन किए गए ने। ਕਿਹਦੇ ਅੱਗੇ ਰੋਵਾਂਗੇ ਜੇ ਸਰਕਾਰ ਨੇ ਨਹੀਂ ਸੁਣਨੀ ਤੇ ਠੀਕ ਹੈ ਜੀ ਜਿੱਦਾਂ ਚੱਲ ਰਿਹਾ ਫਿਰ ਧੱਕੇ ਸਹੀ ਚੱਲੀ ਜਾਊਗੀ ਇਹੀ ਚੱਲੀ ਜਾਊਗਾ ਆਪਾਂ ਸਹੀ ਜਾਣਾ ਸਰਕਾਰ ਨੇ ਕਰੀ ਜਾਣਾ ਆਹੀ ਹੈ ਜੀ ਸਾਡੇ ਨਾਲ ਤਾਂ ਆਮ ਬੰਦਾ ਤਾਂ ਦੁਖੀ ਆ ਸਰਕਾਰ ਦੇ ਕਾਰਨਾਮੇ ਆ ਜਿਹੜੇ ਨਾ ਇਹ ਠੀਕ ਨਹੀਂ ਹੈਗੇ ਹੁਣ चुनाव के समय मैंने कहा था देश की जनता से कहा था पेट्रोल डीजल भर लो अभी भर लो क्योंकि बाद में मुसीबत आई। मिट्टी दे भांडे वांगू सारा विश्वास टुटिया पिया है। ਲੋਕਾਂ ਦੇ ਚੂਲੇ ਵੱਲੋਂ ਹਟ ਗਿਆ। MSP 35% ਵਧੀ ਹੈ ਪਿਛਲੇ 7-8 ਸਾਲਾਂ 'ਚ ਤੇ ਪੈਟਰੋਲ ਡੀਜ਼ਲ 110% ਵਧ ਗਿਆ। ਸਭ ਸਾਫ਼ ਗੱਲ ਹੈ ਕਿ ਅਮੀਰ ਕਾ ਚਿਰਾਗ ਜਲਨੇ ਦੋ ਔਰ ਗਰੀਬ ਕੀ ਝੋਂਪੜੀ ਜਲਨੇ ਦੋ। ਸ਼ਹਿਰੋ ਸ਼ਹਿਰ ਕਾਂਗਰਸ ਦਾ ਇਹ ਹੱਲਾ ਬੋਲ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ 'ਚ ਮੁਜ਼ਾਹਰਾ ਕੀਤਾ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ 'ਚ ਮੋਰਚਾ ਲਾਇਆ ਤੇ ਵਧੀ ਮਹਿੰਗਾਈ ਦੇ ਮਸਲੇ ਤੇ BJP ਸਰਕਾਰ ਨੂੰ ਖੂਬ ਘੇਰਾ ਪਾਇਆ। ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਹੰਡਾਉਣਾ ਪੈ ਰਿਹਾ। ਵੋਟਾਂ ਆਸ ਨਾਲ ਪਾਈਆਂ ਸੀ, ਵਿਸ਼ਵਾਸ ਨਾਲ ਪਾਈਆਂ ਸੀ। ਮਿੱਟੀ ਦੇ ਭਾਂਡੇ ਵਾਂਗੂ ਸਾਰਾ ਵਿਸ਼ਵਾਸ ਟੁੱਟਿਆ ਪਿਆ। ਲੋਕਾਂ ਦੇ ਚੂਲੇ ਵੱਲੋਂ ਹਟ ਗਿਆ। ਵੇਖੋ MSP 35% ਵਧੀ ਹੈ ਪਿਛਲੇ 7-8 ਸਾਲਾਂ 'ਚ ਤੇ ਪੈਟਰੋਲ ਡੀਜ਼ਲ 110% ਵਧ ਗਿਆ। ਕਰੀਬ ਕਰੀਬ 12 ਵਾਰ ਕੀਮਤਾਂ ਵਧਾ ਦਿੱਤੀਆਂ। ਦਾਲ ਦੀ ਕੀਮਤ ਡਬਲ ਹੋ ਚੁੱਕੀ ਹੈ। ਐਡੀਬਲ ਆਇਲ, ਲੋਕ ਕਹਿੰਦੇ ਗਰੀਬ ਕਹਿੰਦਾ ਦਾਲ ਰੋਟੀ ਖਾਓ ਪ੍ਰਭੂ ਦੇ ਗੁਣ ਗਾਓ, ਤੇ ਜਿਹੜੇ ਤੇਲ ਦੇ ਵਿੱਚ ਰੋਟੀ ਖਾਣੀ ਆ ਉਹ 100% ਵੱਧ ਚੁੱਕਿਆ। ਗੈਸ ਦਾ ਸਿਲੰਡਰ ਡਬਲ ਹੋ ਚੁੱਕਿਆ। ਜੇ ਸਾਰੇ ਡਬਲ ਹੋ ਚੁੱਕੇ ਨੇ ਤੇ ਮੈਨੂੰ ਦੱਸੋ ਗਰੀਬ ਦੀ ਦਿਹਾੜੀ, ਪੱਲੇਦਾਰ ਦੀ ਦਿਹਾੜੀ 250 ਤੋਂ 500 ਹੋਈ ਹੈ। ਉਹਦੀ ਦਿਹਾੜੀ ਦਾ ਜਿਹੜਾ ਮੁੱਲ ਹੈ 250 ਰੁਪਈਏ 'ਚ ਜੋ ਖਰੀਦਦਾ ਸੀ ਹੁਣ ਉਹ 700 'ਚ ਨਹੀਂ ਆਉਂਦਾ। ਜਿਹੜਾ ਗਰੀਬ ਆਮ ਆਦਮੀ 90% ਹਿੰਦੁਸਤਾਨੀ, ਉਹ ਤਾਂ ਰੋਟੀ ਖਾਣੀ ਔਖੀ ਹੋ ਗਈ, ਉਹਦੇ ਪੇਟ ਤੇ ਲੱਤ ਵੱਜਣ ਡਈ ਹੈ। ਕਾਂਗਰਸ ਦਾ ਮਹਿੰਗਾਈ ਮੁਕਤ ਅਭਿਆਨ 7 ਅਪ੍ਰੈਲ ਤੱਕ ਚੱਲੇਗਾ। ਕਾਂਗਰਸੀ ਵਰਕਰ ਸੜਕਾਂ ਤੇ ਨੇਤਰ ਪ੍ਰਦਰਸ਼ਨ ਕਰਨਗੇ। ਇਹ ਤਾਂ ਹਿਸਟਰੀ ਮੇਂ ਕਭੀ ਨਹੀਂ ਹੁਆ ਹੈ ਇਸ ਲੈਵਲ ਕਾ, ਇਸ ਲੈਵਲ ਕੀ ਪ੍ਰਾਈਸਿਸ। ਔਰ ਸਰਕਾਰ ਕਾ ਬੜਾ ਬੜੀ ਸਿੰਪਲ ਸੋਚ ਹੈ ਕਿ ਜਿਤਨਾ ਵੀ ਪੈਸਾ ਗਰੀਬੋਂ ਸੇ ਨਿਕਾਲਾ ਜਾ ਸਕਤਾ ਹੈ ਉਸਕੋ ਨਿਕਾਲੋ ਔਰ 2-3-4 ਬੜੇ ਉਦਯੋਗਪਤੀਓਂ ਕੇ ਹੱਥ ਕਰ ਦੋ। ਤੋ ਯਹੀ ਬੇਸਿਕਲੀ ਪ੍ਰੋਸੈਸ ਯਹੀ ਚੱਲ ਰਹਾ ਹੈ। ਫਾਇਦਾ ਕਿਸਕੋ ਹੋ ਰਹਾ ਹੈ? ਫਾਇਦਾ ਜੋ ਸਭਸੇ ਬੜੇ ਅਰਬਪਤੀ ਹੈ 2-3 ਉਨਕੋ ਹੋ ਰਹਾ ਹੈ, ਔਰ ਨੁਕਸਾਨ ਕਿਸਕਾ ਹੈ? ਨੁਕਸਾਨ ਗਰੀਬੋਂ ਕਾ ਹੈ, ਮਿਡਲ ਕਲਾਸ ਕਾ ਹੈ। ਚੁਣਾਵ ਕੇ ਸਮੇਂ ਮੈਨੇ ਕਹਾ ਥਾ ਦੇਸ਼ ਕੀ ਜਨਤਾ ਸੇ ਕਹਾ ਥਾ ਪੈਟਰੋਲ ਡੀਜ਼ਲ ਭਰ ਲੋ ਅਭੀ ਭਰ ਲੋ ਕਿਉਂਕਿ ਬਾਅਦ ਮੇਂ ਮੁਸੀਬਤ ਆਈ। ਲੀਡਰ ਸਿਆਸਤ ਚੁਲਝੇ ਨੇ ਪਰ ਉਹਨਾਂ ਲੋਕਾਂ ਦਾ ਕੀ ਜੋ ਸੜਕ ਤੇ ਗੱਡੀ ਉਤਾਰਨ ਤੋਂ ਡਰਦੇ ਨੇ ਅਤੇ ਰਸੋਈ 'ਚ ਚੁੱਲ੍ਹੇ ਤੇ ਕੜਾਈ, ਕਿਉਂਕਿ ਦੋਨਾਂ ਹੀ ਕੰਮਾਂ 'ਚ ਇਸਤੇਮਾਲ ਹੋਣ ਵਾਲੇ ਤੇਲ ਨੇ ਹਾਲੋ ਬੇਹਾਲ ਜੋ ਕੀਤਾ ਹੋਇਆ। 10 ਦਿਨ 'ਚ 9ਵੀਂ ਵਾਰ ਤਾਂ ਪੈਟਰੋਲ ਦੇ ਰੇਟ ਵਧੇ ਨੇ। ਵੀਰਵਾਰ ਨੂੰ 9ਵੀਂ ਦਫ਼ਾ 80 ਪੈਸੇ ਪੈਟਰੋਲ ਮਹਿੰਗਾ ਹੋ ਗਿਆ। 10 ਦਿਨਾਂ ਦੇ ਅੰਦਰ ਲੋਕਾਂ ਨੂੰ 6 ਰੁਪਏ 40 ਪੈਸੇ ਦਾ ਝਟਕਾ ਲੱਗ ਚੁੱਕਿਆ ਹੈ। ਹੁਣ ਲੋਕ ਉਹ ਵੇਲਾ ਚੇਤੇ ਕਰ ਰਹੇ ਨੇ ਜਦੋਂ 100 ਰੁਪਏ ਦਾ 5 ਲੀਟਰ ਪੈਟਰੋਲ ਮਿਲਿਆ ਕਰਦਾ ਸੀ।
ਮਹਿੰਗਾਈ ਵੱਧ ਰਹੀ ਹੈ ਨਾ ਜੀ, ਇਹ ਤਾਂ ਮਜਬੂਰੀ ਨੂੰ ਮੋਟਰਸਾਈਕਲ ਗੱਡੀਆਂ ਕੱਢਣੀਆਂ ਪੈ ਰਹੀਆਂ, ਨਹੀਂ ਤਾਂ ਅਸੀਂ ਤਾਂ ਸਾਈਕਲਾਂ 'ਤੇ ਹੀ ਘੁੰਮ ਰਹੇ ਜੀ ਸਵੇਰ ਦੇ। ਠੀਕ ਹੈ ਜੀ, ਇਹ ਤਾਂ ਹੁਣ ਜ਼ਰੂਰੀ ਕੰਮ ਹੈ ਅਤੇ ਉਨਾ ਕੁ ਤੇਲ ਪਵਾਉਣਾ ਜਿੰਨਾ ਕੁ ਸਾਡਾ ਆਣ ਜਾਣ ਹੋ ਜੇ। ਟੈਂਕੀ ਫੁੱਲ ਨਹੀਂ ਕਰਾਉਣੀ? ਨਹੀਂ ਜੀ ਨਹੀਂ, ਟੈਂਕੀ ਫੁੱਲ ਵਾਲੇ ਸਾਡੇ ਹੱਥ ਖੜੇ ਹੋਏ ਹੋਏ ਨੇ। ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਆਮ ਪਬਲਿਕ ਲਈ, ਬਈ ਇੰਨੀ ਮਹਿੰਗਾਈ ਨਾਲ ਆਮ ਆਦਮੀ ਦਾ ਜਿਹੜਾ ਬੰਦਾ ਘਰ ਚਲਾ ਰਿਹਾ ਹੈ ਉਹਦੇ 'ਤੇ ਸਿਰ 'ਤੇ ਹੋਰ ਇਹੋ ਜਿਹੇ ਖਰਚੇ ਨੇ, ਉਹ ਕਿੱਦਾਂ ਹੈਂਡਲ ਕਰੂਗਾ? ਕਮਾਈਆਂ ਤਾਂ ਰਹਿ ਨਹੀਂ ਗਈਆਂ ਜੀ ਕਰੋਨਾ ਤੋਂ ਬਾਅਦ, ਇਹ ਤਾਂ ਮਰ ਗਏ ਸਾਰੇ ਬੰਦੇ। ਆਪਾਂ ਕਿੱਥੇ ਜਾਵਾਂਗੇ, ਕਿਹਦੇ ਅੱਗੇ ਰੋਵਾਂਗੇ? ਜੇ ਸਰਕਾਰ ਨੇ ਨਹੀਂ ਸੁਣਨੀ ਤਾਂ ਠੀਕ ਹੈ ਜੀ, ਜਿੱਦਾਂ ਚੱਲ ਰਿਹਾ ਫਿਰ ਧੱਕੇ ਸ਼ਾਹੀ ਚੱਲੀ ਜਾਊਗੀ, ਇਹੀ ਚੱਲੀ ਜਾਊਗਾ, ਆਪਾਂ ਸਹੀ ਜਾਣਾ, ਸਰਕਾਰ ਨੇ ਕਰੀ ਜਾਣਾ। ਸ਼ਹਿਰੋ ਸ਼ਹਿਰ ਇੱਕੋ ਹੀ ਪੁਕਾਰ ਹੋ ਰਹੀ ਹੈ ਕਿ ਸਰਕਾਰ ਮਹਿੰਗਾਈ ਘੱਟ ਕਰੇ। ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਸ਼ਹਿਰ ਦੇ ਵਿੱਚ ਪੈਟਰੋਲ ਦਾ ਰੇਟ ਕੀ ਹੈ। ਦਿੱਲੀ ਦੇ ਵਿੱਚ ਪੈਟਰੋਲ ਦਾ ਰੇਟ 102 ਰੁਪਏ 25 ਪੈਸੇ ਹੈ। ਅੰਮ੍ਰਿਤਸਰ ਦੇ ਵਿੱਚ ਪੈਟਰੋਲ ਦਾ ਰੇਟ 101 ਰੁਪਏ 76 ਪੈਸੇ ਹੈ। ਲੁਧਿਆਣਾ ਦੇ ਵਿੱਚ 101 ਰੁਪਏ 62 ਪੈਸੇ, ਪਟਿਆਲਾ 'ਚ 101 ਰੁਪਏ 54 ਪੈਸੇ, ਫਰੀਦਕੋਟ ਦੇ ਵਿੱਚ 101 ਰੁਪਏ 66 ਪੈਸੇ। ਮੋਹਾਲੀ ਦੇ ਵਿੱਚ ਪੈਟਰੋਲ ਸਭ ਤੋਂ ਮਹਿੰਗਾ, ਯਾਨੀ ਕਿ 102 ਰੁਪਏ 9 ਪੈਸੇ। ਫਾਜ਼ਿਲਕਾ ਦੇ ਵਿੱਚ ਪੈਟਰੋਲ ਦਾ ਰੇਟ 101 ਰੁਪਏ 83 ਪੈਸੇ ਹੈ। ਮੋਗਾ ਦੇ ਵਿੱਚ 101 ਰੁਪਏ 9 ਪੈਸੇ, ਫਿਰੋਜ਼ਪੁਰ ਦੇ ਵਿੱਚ 101 ਰੁਪਏ 94 ਪੈਸੇ ਅਤੇ ਪਠਾਨਕੋਟ ਦੇ ਵਿੱਚ 101 ਰੁਪਏ 9 ਪੈਸੇ। 1 ਲੀਟਰ ਪੈਟਰੋਲ ਦੀ ਕੀਮਤ 100 ਦੇ ਪਾਰ ਹੈ, ਪਰ ਜਿਨ੍ਹਾਂ ਕੋਲ ਇੰਨੇ ਪੈਸੇ ਨਹੀਂ ਉਹ ਆਪਣਾ ਗੁਜ਼ਾਰਾ ਕਿਵੇਂ ਕਰ ਰਹੇ ਨੇ, ਇਹ ਵੀ ਦੇਖ ਲਵੋ। 20-30 ਰੁਪਏ ਦਾ, ਕਿਉਂਕਿ ਮਾੜਾ ਟਾਈਮ ਚੱਲ ਰਿਹਾ ਅੱਜ ਕੱਲ੍ਹ, ਪੈਟਰੋਲ ਦਾ ਦੇਖ ਲਓ ਕਿੰਨਾ ਹੈ ਜੀ। ਦੱਸਿਓ ਬਾਈ ਕਿੰਨੇ ਦਾ ਪਾਇਆ? 20 ਰੁਪਏ ਦਾ। 30 ਬਾਈ ਬੋਲਟ ਦੇ ਉਹ ਵਿੱਚ 30 ਰੁਪਏ ਦੇ ਪਾ ਕੇ ਕਿੱਥੇ ਤੱਕ ਜਾਊਗਾ ਇਹ? ਜਿੱਥੇ ਤੱਕ ਜਾਂਦਾ ਜੀ, ਅਸੀਂ ਸਾਨੂੰ ਭਰੋਸਾ ਹੈ ਜੀ ਬੋਲਟ 'ਤੇ। ਮਹਿੰਗਾਈ ਕਿਸ ਕਦਰ ਲੋਕਾਂ ਦਾ ਤਰਾਅ ਕੱਢ ਰਹੀ ਹੈ, ਅੰਕੜੇ ਵੀ ਦੱਸ ਰਹੇ ਨੇ ਤੇ ਲੋਕ ਆਪਣੀ ਜ਼ੁਬਾਨੀ ਵੀ। ਕਾਂਗਰਸ ਨੇ ਵੀ ਮੋਰਚਾ ਤਾਂ ਖੋਲ ਦਿੱਤਾ, ਪਰ ਸਵਾਲ ਸੱਤਾ ਤੇ ਬੀਜੇਪੀ ਤੋਂ ਹੈ, ਕਿਉਂਕਿ ਤਕਰੀਬਨ 9 ਵਰੇ ਪਹਿਲਾਂ 2013 ਚ ਵੀ ਮਹਿੰਗਾਈ ਵੱਡਾ ਮੁੱਦਾ ਸੀ, ਮਸਲਾ ਗਰਮਾਇਆ ਹੋਇਆ ਸੀ ਤੇ ਮਹਿੰਗੇ ਭਾਅ ਦੇ ਪੈਟਰੋਲ ਤੇ ਗੈਸ ਸਿਲੰਡਰ ਤੇ ਕਈ ਦਫਾ ਬੀਜੇਪੀ ਲੀਡਰਾਂ ਨੇ ਸਿਆਸੀ ਰੋਟੀਆਂ ਸੇਕੀਆਂ। ਪਰ ਅੱਜ ਉਸੇ ਪਾਰਟੀ ਦੀ ਸਰਕਾਰ ਹੈ ਤੇ ਲੋਕਾਂ ਦੇ ਚੁੱਲ੍ਹੇ ਠੰਡੇ ਪੈ ਰਹੇ ਨੇ। ਸਵਾਲ ਜ਼ਰੂਰ ਹੋਵੇਗਾ ਕਿ ਆਖਿਰ ਸਰਕਾਰ ਨੂੰ ਮਹਿੰਗਾਈ ਹੁਣ ਨਜ਼ਰ ਕਿਉਂ ਨਹੀਂ ਆ ਰਹੀ, ਕਿਉਂ ਲੋਕਾਂ ਨੂੰ ਮਹਿੰਗਾਈ ਦੀ ਚੱਕੀ 'ਚ ਪਿਸਣ ਲਈ ਮਜਬੂਰ ਕੀਤਾ ਜਾ ਰਿਹਾ। ਫਰੰਟ ਫੁੱਟ ਦੇ ਵਿੱਚ ਵੇਲਾ ਹੋ ਗਿਆ ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਦੇ ਉਸ ਪਾਰ ਕਬੱਡੀ ਟੂਰਨਾਮੈਂਟ ਦੌਰਾਨ ਕਿੱਥੇ ਚੱਲੀਆਂ ਗੋਲੀਆਂ। ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਬਠਿੰਡਾ ਦੇ ਪਿੰਡ ਕੋਠੇ ਗੁਰੂ ਦੇ ਵਿੱਚ ਫਾਇਰਿੰਗ ਹੋਈ ਹੈ। ਇਹ ਫਾਇਰਿੰਗ ਉਸ ਸਮੇਂ ਹੋਈ ਜਦੋਂ ਕਬੱਡੀ ਟੂਰਨਾਮੈਂਟ ਹੋ ਰਿਹਾ ਸੀ। ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ, ਹਾਲਾਂਕਿ ਬਚਾ ਰਿਹਾ, ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪੰਜਾਬ ਦੀ ਮਾਂ ਖੇਡ ਕਬੱਡੀ ਹੁਣ ਖੂਨ ਖਰਾਬੇ ਦੀ ਕਬੱਡੀ ਬਣਦੀ ਜਾ ਰਹੀ ਹੈ, ਜਿਸ ਦੀ ਗਵਾਹੀ ਇਹ ਦੋ ਤਸਵੀਰਾਂ ਭਰਦੀਆਂ ਨੇ। ਇੱਕ ਉਹ ਤਸਵੀਰ ਹੈ ਜਿੱਥੇ ਮਾਂ ਖੇਡ ਕਬੱਡੀ ਦਾ ਹੀਰਾ ਗੁੰਡਾਗਰਦੀ ਦੀ ਭੇਂਟ ਚੜਿਆ ਤੇ ਦੂਜੀ ਉਹ ਤਸਵੀਰ ਜਦੋਂ ਮਾਂ ਖੇਡ ਕਬੱਡੀ ਨੂੰ ਖੂਨ 'ਚ ਰੰਗਣ ਦੀ ਕੋਸ਼ਿਸ਼ ਹੋਈ। ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ ਦੇ ਕਤਲ ਤੋਂ ਅਜੇ ਖੇਡ ਪ੍ਰੇਮੀ ਉਭਰੇ ਵੀ ਨਹੀਂ ਸਨ ਕਿ ਖੇਡ ਦੇ ਮੈਦਾਨ 'ਚ ਇੱਕ ਵਾਰ ਫਿਰ ਗੋਲੀਆਂ ਚੱਲੀਆਂ, ਤਾਬੜ ਤੋੜ ਫਾਇਰਿੰਗ ਹੋਈ। ਗਨੀਮਤ ਸੀ ਕਿ ਇਸ ਵਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਠਿੰਡਾ ਦੇ ਪਿੰਡ ਕੋਠੇ ਗੁਰੂ 'ਚ ਕਬੱਡੀ ਟੂਰਨਾਮੈਂਟ ਦੌਰਾਨ ਫਾਇਰਿੰਗ ਹੋਈ। ਕੁਝ ਅਣਪਛਾਤਿਆਂ ਨੇ ਚੱਲਦੇ ਟੂਰਨਾਮੈਂਟ 'ਚ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਟੂਰਨਾਮੈਂਟ ਭਗਤਾ ਪਾਈਕੇ ਦੇ ਨਜ਼ਦੀਕ ਕਰਵਾਇਆ ਜਾ ਰਿਹਾ ਸੀ। ਸ਼ਾਮ ਨੂੰ ਅਰਾਊਂਡ 8:20 ਦੇ ਕਰੀਬ ਸਾਡੇ ਕੰਟਰੋਲ ਰੂਮ 'ਤੇ ਇਨਫੋਰਮੇਸ਼ਨ ਆਈ ਸੀਗੀ ਕਿ ਥਾਣਾ ਦਿਆਲਪੁਰਾ 'ਚ ਇੱਕ ਕੋਠਾ ਗੁਰੂ ਕਾ ਏਰੀਆ 'ਚ ਇੱਕ ਸਟੇਡੀਅਮ ਹੈਗਾ ਜਿੱਥੇ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ ਦੋ ਪਿੰਡਾਂ ਦਾ, ਚੌਂਕਾ ਪਿੰਡ ਔਰ ਆਪਣਾ ਭਗਤਾ। ਉੱਥੇ ਜਿਹੜੀ ਟੀਮਾਂ ਸੀ ਉਹਨਾਂ ਦਾ ਇਸ ਗੱਲ 'ਤੇ ਤਕਰਾਰਬਾਜ਼ੀ ਸ਼ੁਰੂ ਹੋ ਗਈ ਕਿ ਜਿਹੜੇ ਕਬੱਡੀ ਦੇ ਪਲੇਅਰ ਸੀਗੇ ਉਹਦੇ 'ਚ ਇੱਕ ਟੀਮ ਦੇ ਪਲੇਅਰ ਦਾ ਵੇਟ ਐਜ਼ ਪਰ ਰੂਲਸ ਜ਼ਿਆਦਾ ਸੀਗਾ। ਅਤੇ ਉਹ ਗੱਲ ਵੱਧਦੀ ਵੱਧਦੀ ਉੱਥੇ ਇੱਕ ਵਿਸ਼ਨੂੰ ਕੁਮਾਰ ਉਰਫ ਗੋਲੂ ਨਾਂ ਦੇ ਬੰਦੇ ਨੇ ਇੱਕ 12 ਬੋਰ ਦੀ ਜਿਹੜੀ ਰਾਈਫਲ ਸੀ ਉਹਦੇ ਨਾਲ ਹਵਾਈ ਫਾਇਰ ਕੀਤਾ, ਜਿਹਦੇ ਨਾਲ ਇੱਕਦਮ ਕਾਫੀ ਉੱਥੇ ਹਫੜਾ ਦਫੜੀ ਮੱਚ ਗਈ। ਹਾਲਾਂਕਿ ਇਸ ਵਾਰ ਹਮਲਾਵਰ ਆਪਣੇ ਮਕਸਦ 'ਚ ਕਾਮਯਾਬ ਨਾ ਹੋਏ, ਪਰ ਲੋਕਾਂ ਦੀ ਹਿੰਮਤ ਦੇ ਚਲਦਿਆਂ ਦੋ ਹਮਲਾਵਰ ਕਾਬੂ ਜ਼ਰੂਰ ਕਰ ਲਏ ਗਏ ਅਤੇ ਫਿਰ ਪਿੰਡਾਂ ਦੇ ਲੋਕਾਂ ਨੇ ਉਹਨਾਂ ਦੀ ਚੰਗੀ ਭੂਤ ਸਵਾਰੀ। ਲੋਕਾਂ 'ਚ ਗੁੱਸਾ ਅਜਿਹਾ ਸੀ ਕਿ ਜੋ ਆਇਆ ਇਹਨਾਂ ਹਮਲਾਵਰਾਂ 'ਤੇ ਆਪਣਾ ਹੱਥ ਖੋਲਦਾ ਚਲਾ ਗਿਆ। ਮੌਕੇ 'ਤੇ ਮੌਜੂਦ ਲੋਕ ਸੀ ਉਹਨਾਂ ਨੇ
दो मुंडिया नू मौके ते ही काबू कर लिया, उन्हां दी राइफल भी उन्हां तो खोली ते उन्हां नू काफ़ी कुटिया। और जदों SHO दयालपुरा इमीजिएटली मौके ते इनफॉर्मेशन मिलते ही पहुँच गया सीगा, ते उन्हां ने लोगों ने हैंड ओवर करते दो, ते दो बाई ने उत्थों मौके तो भज गए। पुलिस मुताबक यह विवाद खिडारियों के ओवरवेट होने के बावजूद खेड को लेकर हुआ सी। फिलहाल पुलिस मामले की जांच कर रही है। पुलिस का दावा है कि इस गोलीबारी दौरान कोई भी शख्स जख्मी नहीं हुआ। जिहड़ी स्टेटमेंट असी लई हैगी राजविंदर सिंह दी, उहदे बयान दे मुताबिक 5-6 होर भी नाम मालूम सीगे जिन्हां नूं आइडेंटिफाई नहीं करदे। बट हुण असी शाम नूं ही FIR नंबर 43 अंडर सैक्शन 307 148 149 और 25 आर्म्स एक्ट लाया, ते दो बंदे असी अरेस्ट कर ले, ते बाकियां दी साडी CIA दी भी टीम लाई हुई असी रेड्स कर रहे, उन्हां नूं भी अरेस्ट करांगे। एंड चेक करांगे भी कित्थों ये बंदा इलीगल वैपन लैके आया, ते इदां दी क्यों सिचुएशन अराइज हुई कि उन्हें हवाई फायर किया। इन्हां नूं हदायत भी करनी पएगी भी इदां दा कोई भी मैच है, भावें लोकल लैवल दा भी है, भी पुलिस नूं प्रायर इंटीमेशन दे सो दैट अगे तो इदां दी कोई घटना ना वापरे। इस तो पहला बीती 14 मार्च नूं भी पिंड मलियां खुर्द च चलदे कबड्डी टूरनामेंट दौरान भी गोलियां चलियां सन, जिस च कबड्डी खिडारी संदीप नंगल अंबियां दा गोलियां मार के कतल कर दिता गया सी। हालांकि पुलिस इस मामले च कई नामी गैंगस्टरां तक पहुंच चुकी है, पर मां खेड कबड्डी नूं खून खराबे दा चढ़दा जा रहा है रंग मंदभागा ते चिंता दा विशा है। फ्रंट फुट दे विच फिलहाल इन्ना ही, पर पाकिस्तान दे विच पल पल बदल रहे सियासी हालात ते साडी खास पेशकश लीड स्टोरी दे विच देखना ना भुलना। मैनूं तो इजाजत, तुसीं देखदे रहो ABP सांझा।